ਅਸਲਾਮ ਵਾਲੇਕਮ ਵਰਹਮਤੁੱਲਾ ਵਬਰਕਾਤੋਹੂ ਮੇਰੇ ਪਿਆਰੇ ਪਿਆਰੇ ਸੱਜਣੋ ਮਿੱਤਰੋ ਬੇਲੀਓ ਭੈਣਾਂ ਦੇ ਭਰਾਓ, ਮੈਂ ਤੁਹਾਡਾ ਮੇਜ਼ਬਾਨ ਸ਼ਰਫਤ ਅਲੀ ਰਹਿਮਾਨੀ। ਫਰਿਆਦ ਮਹਿਮੂਦ ਚੈਨਲ 'ਤੇ ਮੈਂ ਰੋਜ਼ਾਨਾ ਸ਼ਾਮ ਨੂੰ 7 ਵਜੇ ਨਵੀਂ ਤੋਂ ਨਵੀਂ ਗੱਲ, ਨਵੀਂ ਤੋਂ ਨਵੀਂ ਕਹਾਣੀ, ਵੀਡੀਓ ਲੈ ਕੇ ਆਦਰ ਹੁੰਦਾ। ਦੋਸਤੋ, ਬੜੀ ਉਮੀਦ ਹੈ ਕਿ ਤੁਹਾਨੂੰ ਮੇਰੀਆਂ ਗੱਲਾਂ ਜਿਹੜੀਆਂ ਨੇ ਇਹ ਪਸੰਦ ਆਉਂਦੀਆਂ ਨੇ ਅਤੇ ਆਉਂਦੀਆਂ ਰਹਿਣ। ਮੇਰੀ ਦੁਆ ਹੈ ਕਿ ਅੱਲਾਹ ਤਾਲਾ ਸਭ ਨੂੰ ਖੈਰ ਖਰੀਦ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਮੇਰੀ ਵੀਡੀਓ ਸੁਣਿਆ ਕਰੋ, ਗੱਲ ਕਹਾਣੀ ਸੁਣਿਆ ਕਰੋ ਅਤੇ ਅੱਗੇ ਦੋਸਤਾਂ ਬੇਲੀਆਂ ਸੱਜਣਾਂ ਅੱਗੇ ਸ਼ੇਅਰ ਕੀਤਾ ਕਰੋ। ਅੱਜ ਮੈਂ ਇੱਕ ਤੁਹਾਨੂੰ ਐਸੀ ਕਹਾਣੀ ਸੁਣਾ ਰਿਹਾ, ਲਾਲਚੀ ਫਕੀਰ ਅਕਲਮੰਦ ਪੀਰ ਅਤੇ ਬੇਵਕੂਫ ਬਾਦਸ਼ਾਹ। ਇਹ ਗੌਰ ਨਾਲ ਸੁਣਿਆ ਜੇ ਸ਼ੁਰੂ ਤੋਂ ਲੈ ਕੇ ਆਖਰ ਤੱਕ। ਲਓ ਜੀ, ਗੱਲ ਇਹ ਵੀ ਉਹ ਕੋਈ ਕਿਸੇ ਇਲਾਕੇ ਦੇ ਵਿੱਚ ਇੱਕ ਪੀਰ ਅਤੇ ਇੱਕ ਫਕੀਰ ਦੋਵੇਂ ਭਰਾ ਬਣੇ ਸਨ ਅਤੇ ਉਹ ਇਕੱਠੇ ਰਹਿੰਦੇ ਸਨ ਅਤੇ ਮਾਲ ਉਹਨਾਂ ਦੋ ਕੋਲ ਵਾਹਵਾ ਹੈ। ਬਸ ਤੁਹਾਨੂੰ ਪਤਾ ਵੀ ਜਿਹੜੇ ਫਕੀਰ ਹੁੰਦੇ ਨੇ ਮੰਗਣ ਵਾਲੇ, ਉਹਨਾਂ ਨੂੰ ਵੀ ਕਮੀ ਕੋਈ ਨਹੀਂ ਹੁੰਦੀ, ਉਹਨਾਂ ਬੂਹੇ ਬੂਹੇ ਜਾ ਕੇ ਮੰਗਣਾ ਹੁੰਦਾ, ਮੰਗ ਪੈਂਦੇ ਕੋਈ ਨੇ ਮਾਲ ਸਹਿ ਇਕੱਠਾ ਕੀਤਾ। ਅਤੇ ਜਿਹੜਾ ਪੀਰ ਹੁੰਦਾ ਕਮੀ ਉਹਨੂੰ ਵੀ ਕੋਈ ਨਹੀਂ ਹੁੰਦੀ, ਉਹਨੇ ਵੀ ਤਵੀਤ ਦਾਗਾ ਲਿਖਣਾ ਹੁੰਦਾ ਅਤੇ ਬਥੇਰਾ ਕੋਈ ਇਕੱਠਾ ਕਰਦਾ ਉਹ ਵੀ। ਉਹਨਾਂ ਨੂੰ ਸੱਜਣੋ ਸਲਾਹ ਕੀਤੀ ਵੀ ਯਾਦ ਚੱਲੀਏ ਕਿਤੇ ਸ਼ਹਿਰ ਵਿੱਚ, ਉੱਥੇ ਚੱਲ ਕੇ ਡੇਰਾ ਲਾਈਏ। ਤੁਰ ਪਏ ਜੀ, ਆਪਦਾ ਮਾਲ ਵੀ ਲੈ ਲਿਆ। ਤੁਰਦੇ ਤੁਰਦੇ ਜਨਾਬ ਵਾਲੇ ਕਿਸੇ ਸ਼ਹਿਰ 'ਚ ਪਹੁੰਚੇ, ਜਾ ਕੇ ਡੇਰਾ ਲਾ ਦਿੱਤਾ ਉੱਥੇ। ਹੁਣ ਜਿਹੜਾ ਉਹ ਪੀਰ ਸੀ, ਇਹਨਾਂ ਨੇ ਫਕੀਰ ਨੂੰ ਆਖਿਆ ਵੀ ਅੱਲਾਹ ਦੇ ਬੰਦਿਆ, ਤੂੰ ਤਾਂ ਫਕੀਰ, ਤੈਨੂੰ ਮੰਗਣ ਦਾ ਵੱਲ ਬੜਾ ਆਉਂਦਾ ਅਤੇ ਤੈਨੂੰ ਤਾਂ ਮੰਗਿਆ ਆ ਸਭ ਕੁਝ ਲੱਭ ਜਾਣਾ, ਤਾਂ ਮੈਨੂੰ ਮੰਗਿਆ ਕਿਤੇ ਖੈਰ ਨਹੀਂ ਦੇਣਾ, ਅਤੇ ਮੇਰਾ ਜਿਹੜਾ ਇੱਥੇ ਪਤਾ ਲੱਗੇਗਾ ਦੁਨੀਆ ਨੂੰ ਤਾਂ ਮੇਰਾ ਕੰਮ ਜਿਹੜਾ ਚੱਲੇਗਾ ਅਤੇ ਉਹ ਬਹਿ ਜਾ ਹੋ ਜਾਏਗੀ। ਤੂੰ ਹੁਣ ਇਵੇਂ ਕਰ ਵੀ ਤੂੰ ਜਾ ਅਤੇ ਮੰਗ ਪਿੰਨ ਕੇ ਅਤੇ ਰੋਟੀ ਪਾਣੀ ਲਿਆ। ਸਜਣੋ ਫਕੀਰ ਤੁਰ ਪਿਆ, ਉਹਨੇ ਮੰਗ ਪਿੰਨ ਕੇ ਲਿਆਂਦਾ, ਲਿਆ ਕੇ ਰੱਖਿਆ, ਰਾਤ ਖਾਧਾ ਪੀਤਾ ਸੁੱਤੇ, ਸੁਬਾਹ ਉੱਠੇ ਨਾ ਵੀ ਚਲੀਏ ਹੁਣ ਸੌਦਾ ਪੱਤਰ ਲੈ ਗਏ ਤਾਂ ਮੀਆਂ ਹੁਣ ਹੈਗਾ, ਆਪਦਾ ਕੁਆਸਰਾ ਕਰੀਏ ਦੋਰੋ ਡੰਡੇ ਵਾਲਾ, ਭੰਗ ਚੂਰੋ ਕੱਢ ਕੇ ਪੀਂਦੇ, ਬੂਟੀ ਛੂਟੀ ਸੀ ਸ਼ਰਦਾਈਆਂ ਪੀਂਦੇ ਨੇ ਮਲੰਗ। ਬਾਜ਼ਾਰ ਨੂੰ ਜਾ ਵੜਿਆ ਜੀ ਉਹ ਫਕੀਰ, ਅਤੇ ਜਿਹੜੀ ਸ਼ੈ ਪੁੱਛੇ ਉਹ ਜੀ ਰੁਪਈਏ ਦੀ ਕਿਲੋ, ਜੇ ਬਦਾਮ ਪੁੱਛੇ ਰੁਪਈਏ ਦੀ ਕਿਲੋ, ਕਸਕਾਸ ਪੁੱਛੇ ਰੁਪਈਏ ਦੀ ਕਿਲੋ, ਖੰਡ ਮਿੱਠਾ ਜੋ ਚੀਜ਼ ਪੁੱਛੇ ਉਹ ਰੁਪਈਏ ਦੀ ਕਿਲੋ, ਇਤਨ ਤੱਕ ਸਬਜ਼ੀ ਵੀ ਰੁਪਈਏ ਦੀ ਕਿਲੋ। ਅੱਜ ਦਾ ਦੌਰ ਐਸਾ ਆ ਗਿਆ ਵੀ ਤੁਸੀਂ ਇਹ ਵੇਖੋ ਵੀ ਕੱਦੂ ਜਿਹੜੇ ਨੇ ਦੀ ਆਵੇ, ਜਿਹਨਾਂ ਨੂੰ ਵੇਂਹਦਾ ਕੋਈ ਸੀ, 400 ਰੁਪਏ ਕਿਲੋ। ਅਬ ਤਾਊ ਜਿਹਨਾਂ ਨੂੰ ਖੋਤੇ ਵੀ ਨਹੀਂ ਸਨ ਖਾਂਦੇ, ਇਹ ਬਤਾਊ ਜਿਹੜੇ ਨੇ ਨਾ 300 ਰੁਪਏ ਕਿਲੋ, 200 ਤੋਂ ਘੱਟ ਤਾਂ ਕਦੋਂ ਮਿਲਦੇ ਹੀ ਨਹੀਂ। ਅੱਜ ਕੱਲ੍ਹ ਤਾਂ ਰੁਪਈਏ ਤਾਂ ਹੈ ਕੁਛ ਨਹੀਂ, ਉਹ ਰੁਪਈਏ ਤਾਂ ਜੀ ਹਰ ਚੀਜ਼ ਹਰ ਸ਼ਹਿਰ ਰੁਪਈਏ ਕਿਲੋ ਸੀ। ਮਲੰਗ ਬੜਾ ਰਾਜੀ ਹੋਇਆ ਵੀ ਥੀ ਆ ਇੱਥੇ ਤਾਂ ਚਾਹ ਦਿਨ ਮੌਜ, ਇੱਥੇ ਰਹਿੰਦੇ ਹਾਂ ਰੱਜਣੇ ਹੈ। ਜੇ ਲਿਆਇਆ ਤਾਂ ਆਣ ਕੇ ਪੀਰ ਨੂੰ ਉਹਨੇ ਆਖਿਆ, ਸ਼ਾਹ ਜੀ ਗੱਲ ਏ ਬੜਾ ਕੰਮ ਸਸਤਾ ਇੱਥੇ ਤਾਂ ਮੌਜਾਂ ਨੇ, ਉਹ ਹਰ ਸ਼ਹਿਰ ਰੁਪਈਏ ਕਿਲੋ ਏ,
ਹੁਣ ਆਪਾਂ ਇੱਥੇ ਰਾਂ ਤਾਂ ਸ਼ਾਹ ਜੀ ਕਿਤੇ ਜਾਣ ਦੀ ਲੋੜ ਹੀ ਕੋਈ ਨਹੀਂ ਹੈਗੀ। ਉਹਨੇ ਆਖਿਆ ਗੱਲ ਸੁਣ ਮੇਰੀ, ਉਹ ਅਕਲਮੰਦ ਸੀ ਪੀਰ, ਉਹਨੇ ਆਖਿਆ ਵੀ ਜੇ ਤਾਂ ਰੁਪਈਏ ਕਿਲੋ ਹਰ ਸ਼ਹਿਰ ਜਾਣੇ ਤਾਂ ਇਸ ਸ਼ਹਿਰ ਦਾ ਸਾਈਂ ਖਸਮ ਹੀ ਕੋਈ ਨਹੀਂ ਹੈਗਾ, ਅਤੇ ਧੀਓ ਤਾਂ ਫਾਲਾ ਇੱਥੋਂ ਆਪਾਂ ਨਿਕਲੀਏ, ਮਤਲਬ ਨਾ ਜਾਣੀਏ, ਕੁੱਲੇ ਨਹੀਂ ਤਾਂ ਦੇਣੀ ਆ ਜਾਏ ਰੱਜਣ ਦੇ ਬਜਾਇ, ਸਾਨੂੰ ਆਪਣਾ ਆਪ ਸਾਡਾ ਜਾਂਦਾ ਹੋਵੇ। ਉਹਨੇ ਕਹਿੰਦੀ ਸ਼ਾਹ ਜੀ ਇਹ ਤਾਂ ਗੱਲ ਨਹੀਂ ਹੋ ਸਕਦੀ, ਇੱਥੇ ਰਹਿਣਾ ਕੁਛ 6 ਮਹੀਨੇ ਸਾਲ ਰੱਜ ਲੈਂਦੇ ਹਾਂ ਤਾਂ ਮੋੜਾ ਦਾ ਵਗ ਚੱਲਾਂਗੇ। ਚਲੋ ਜੀ ਇੱਕ ਗਏ, ਲਓ ਦੋਸਤੋ ਗੱਲ ਇਹ ਬਣੀ, ਜਿਹੜੇ ਉਹਨਾਂ ਨੂੰ ਕੋਈ 6 ਮਹੀਨੇ ਗੁਜ਼ਰੇ ਅਤੇ ਵੇਖਿਆ ਪਤਾ ਤਾਂ ਲੱਗਾ ਜੀ ਇੱਕ ਘਰ ਨੂੰ ਚੋਰ ਪੈ ਗਏ, ਅਤੇ ਚੋਰਾਂ ਦਾ ਕੰਮ ਹੁੰਦਾ ਬਾਹਰੋਂ ਸੰਨ ਲਾਉਣੀ, ਜਿਹੜੇ ਉਹਨੇ ਸੰਨ ਲਾਈ ਨਾ ਅਤੇ ਅਜੇ ਅੰਦਰ ਤਾਂ ਨਹੀਂ ਵੜੇ, ਮਕਾਨ ਥੱਲੇ ਜਾ ਪਿਆ। ਉਹ ਜਿਹੜੇ ਚੋਰ ਸਨ ਉਹ ਟੁਰਦੇ ਟੁਰਦੇ ਤਾਂ ਬਾਦਸ਼ਾਹ ਕੋਲ ਜਾ ਕੇ ਪੇਸ਼ ਹੋ ਗਏ, ਜਿਹੜਾ ਉਹ ਸ਼ਹਿਰ ਦਾ ਬਾਦਸ਼ਾਹ ਸੀ। ਉਹਨਾਂ ਕਿਹਾ ਜੀ ਫਲਾਣੇ ਘਰ ਦੀ ਚੋਰੀ ਲੱਗਿਆ ਕਰਨ, ਸੰਨ ਲਾਈਏ ਤਾਂ ਮਕਾਨ ਡਿੱਗ ਪਿਆ, ਅਤੇ ਜੇ ਅਸੀਂ ਹੇਠਾਂ ਮਰ ਜਾਂਦੇ ਸਾਡਾ ਜ਼ਿੰਮੇਦਾਰ ਕੌਣ ਸੀ? ਬਾਦਸ਼ਾਹ ਆਖਾ ਬੁਲਾਓ ਉਹਨੂੰ ਮਕਾਨ ਵਾਲੇ ਨੂੰ, ਜੇ ਅਕਲਮੰਦ ਹੁੰਦਾ ਤਾਂ ਚੋਰ ਚੂਰ ਦੇ ਕੋਲ ਗਏ ਚੱਲਣ ਦੇ, ਉਹਨਾਂ ਨੂੰ ਫੜਦਾ ਹਾਂ, ਨਹੀਂ ਨਾ ਫੜਿਆ। ਉਹਨੇ ਕਿਹਾ ਮਕਾਨ ਵਾਲੇ ਨੂੰ ਬੁਲਾਓ। ਜਦੋਂ ਉਹਨੂੰ ਪੇਸ਼ ਕੀਤਾ ਉਹਨੇ, ਉਹਨੇ ਹਾਂ ਬਾਈ ਤੂੰ ਐਡਾ ਗੰਦਾ ਮਕਾਨ ਅਤੇ ਐਡਾ ਨਿਕੰਮਾ ਬਣਾਇਆ, ਚੋਰਾਂ ਨੇ ਚੋਰੀ ਕਰਨੀ ਸੀ, ਉਹਨਾਂ ਸੰਨ ਲਾਈ, ਮਕਾਨ ਤੇਰਾ ਡਿੱਗ ਪਿਆ, ਅਤੇ ਜੇ ਮਰ ਜਾਂਦੇ ਤਾਂ ਪਿਓ ਤੇਰਾ ਜ਼ਿੰਮੇਦਾਰ ਸੀ ਇਹਨਾਂ ਦਾ, ਤੈਨੂੰ ਸਜਾਏ ਮੌਤ, ਚਲੋ ਇਹ ਨਫਾ ਦਿਓ। ਜਦੋਂ ਫਾਹ ਲੱਗੇ ਦੇਣ ਤਾਂ ਉਹਨੇ ਆਖਿਆ ਆਲੀ ਜਾ ਅਰਦ ਨਾ, ਕੀ ਅਰਦ ਤੇਰੀ? ਉਹਨੇ ਹਾਂਜੀ ਅਰਦ ਮੇਰੀ ਇਹ ਮੇਰਾ ਕੋਈ ਕਸੂਰ ਨਹੀਂ। ਮੈਂ ਕਿੰਨਾ ਕਸੂਰ ਹੈ? ਉਹਨੇ ਕਿਹਾ ਜੀ ਕਸੂਰ ਮਿਸਤਰੀ ਦਾ, ਮੈਂ ਸੀਮਿੰਟ ਵੀ ਸਹੀ ਦਿੱਤਾ, ਰੇਤ ਵੀ ਸਹੀ ਦਿੱਤੀ, ਇੱਟਾਂ ਵੀ ਸਹੀ, ਸ਼ਰੀਆ ਹਰ ਸ਼ਾ ਸਭ ਕੁਝ ਸਹੀ ਦਿੱਤਾ, ਮਟੀਰੀਅਲ ਬਿਲਕੁਲ ਪੂਰਾ ਦਿੱਤਾ, ਬਣਾਉਣ ਵਾਲੇ ਦਾ ਉਹ ਮਿਸਤਰੀ ਦਾ ਨੁਕਸਾਨ ਉਹਨੇ ਕੀਤਾ, ਉਹਦਾ ਕਸੂਰ ਮੇਰਾ ਤਾਂ ਕਸੂਰ ਹੀ ਕੋਈ। ਬਾਦਸ਼ਾਹ ਨੇ ਕਿਹਾ ਇਹਨਾਂ ਨੂੰ ਛੱਡ ਦਿਓ, ਤੂੰ ਮਿਸਤਰੀ ਨੂੰ ਲਿਓ। ਮਿਸਤਰੀ ਜਿਹੜੇ ਆਇਆ ਜੀ, ਹਾਂ ਵੀ ਗੱਲ ਕਰ, ਤੂੰ ਜੀ ਫਲਾਣੇ ਘਰ ਦਾ ਕੰਮ ਕੀਤਾ, ਤੈਨੂੰ ਹਰ ਸ਼ਾਇਦ ਮੌਜੂਦ ਸਭ ਕੁਝ ਮਿਲਿਆ, ਸਹੀ ਮਿਲਿਆ, ਅਤੇ ਤੂੰ ਫਿਰ ਸਹੀ ਕਿਉਂ ਨਹੀਂ ਬਣਾਇਆ? ਚੋਰਾਂ ਚੋਰੀ ਕੀਤੀ ਕਰਨੀ ਸੀ, ਉਹਨਾਂ ਸੰਨ ਲਾਈ, ਮਕਾਨ ਡਿੱਗ ਪਿਆ, ਜਿਹਨੂੰ ਹੇਠਾਂ ਮਰ ਜਾਂਦੇ ਤੇਰਾ ਪਿਓ ਜ਼ਿੰਮੇਦਾਰ ਸੀ ਉਹਨਾਂ ਦਾ, ਤੈਨੂੰ ਸਜਾਏ ਮੌਤ, ਚਲੋ ਇਹਨੂੰ ਫਾਇ ਦਿਓ। ਉਹਨੇ ਖਾ ਲਈ ਜਾ ਮੇਰੀ ਅਰਜ਼ ਦੇ। ਉਹਨੇ ਕਿਹਾ ਦੱਸ ਕਿਹੜੀ ਅਰਜ਼? ਉਹਨੇ ਕਿਹਾ ਜੀ ਮੇਰਾ ਕੋਈ ਕਸੂਰ ਨਹੀਂ। ਉਹਨੇ ਕਿਹਾ ਤੇ ਹੋਰ ਕਿੱਦਾਂ ਕਸੂਰ ਹੈ? ਉਹਨੇ ਕਿਹਾ ਜੀ ਕਸੂਰ ਤਾਂ ਮਜ਼ਦੂਰਾਂ ਦਾ, ਜਦੋਂ ਉਹਨਾਂ ਰਲਾਈ ਸਹੀ ਨਹੀਂ ਕੀਤੀ ਸੀਮਿੰਟ ਦੀ, ਤਾਂ ਕਸੂਰ ਉਹਨਾਂ ਦਾ, ਮੇਰਾ ਸਾਡਾ ਕਸੂਰ ਕੋਈ ਨਹੀਂ, ਤਾਂ ਮਕਾਨ ਨਹੀਂ ਸਹੀ ਬਣਿਆ ਕਿ ਉਹਨਾਂ ਨੇ ਸੀਮਿੰਟ ਮਸਾਲਾ ਜਿਹੜਾ ਨਾ ਉਹ ਸਹੀ ਉਹਦੀ ਰਲਾਈ ਨਹੀਂ ਕੀਤੀ, ਸਹੀ ਨਹੀਂ ਬਣਾਇਆ। ਉਹਨਾਂ ਕਿਹਾ ਇਹਨੂੰ ਛੱਡ ਦਿਓ, ਤਾਂ ਮਜ਼ਦੂਰਾਂ ਨੂੰ ਲਾਇਓ। ਲਓ ਜੀ ਉਹਨਾਂ ਮਜ਼ਦੂਰਾਂ ਨੂੰ ਫੜ ਲਿਆ, ਹਾਂ ਵੀ ਗੱਲ ਕਰੋ, ਫਲਾਣੇ ਘਰ ਦੇ ਵਿੱਚ ਤੁਸੀਂ ਕੰਮ ਲੱਗੇ ਰਹੇ ਜੇ, ਤੁਸੀਂ ਸਹੀ ਮਸਾਲੇ ਦੀ ਰਲਾਈ ਨਹੀਂ ਕੀਤੀ, ਮਕਾਨ ਸਹੀ ਨਹੀਂ ਬਣਿਆ, ਚੋਰਾਂ ਚੋਰੀ ਕਰਨੀ ਸੀ, ਉਹਨਾਂ ਸੰਨ ਲਾਈ, ਮਕਾਨ ਡਿੱਗ ਪਿਆ, ਜੇ ਹੇਠਾਂ ਮਰ ਜਾਂਦੇ ਤਾਂ ਤੁਹਾਡਾ ਪਿਓ ਜ਼ਿੰਮੇਦਾਰ ਸੀ, ਕੌਣ ਜ਼ਿੰਮੇਦਾਰ ਸੀ? ਚਲੋ ਇਹਨਾਂ ਨੂੰ ਫਾਇਦੇ। ਉਹਨਾਂ ਕਿਹਾ ਆਲੀ ਜਾ ਬਾਦਸ਼ਾਹ ਜਿਵੇਂ ਇੱਕ ਅਰਜ਼ ਹੈ ਸਾਡੀ। ਉਹਨਾਂ ਕਿਹਾ ਦੱਸੋ ਕੀ ਅਰਜ਼? ਉਹਨਾਂ ਕਿਹਾ ਜੀ ਸਾਡਾ ਕਸੂਰ ਨਹੀਂ ਕੋਈ, ਨਾ ਤੁਹਾਡਾ ਕੀ ਕਰੂ, ਕਿੰਨਾ ਕਸੂਰ ਹੈ? ਉਹਨਾਂ ਕਿਹਾ ਵੀ ਜਿੱਥੇ ਅਸੀਂ ਕੰਮ ਕਰਦੇ ਪੈਸੇ, ਸਾਹਮਣੇ ਘਰ ਦੀ ਇੱਕ ਲੜਕੀ ਬਾਹਰ ਨਿਕਲਦੀ ਸੀ, ਖੂਬਸੂਰਤ ਜਵਾਨ,
ਉਹ ਦਰਵਾਜ਼ੇ ਜਾ ਕੇ ਖਲੋ ਜਾਂਦੀ ਸੀ, ਅਸੀਂ ਉਹਨੂੰ ਵੇਖਦੇ ਰਹਿੰਦੇ ਸਾਂ। ਤਾਂ ਕੰਮ ਵਾਲੇ ਸਾਡਾ ਧਿਆਨ ਨਹੀਂ ਸੀ ਹੁੰਦਾ ਅਤੇ ਤਾਂ ਵਾਸਤੇ ਸਹੀ ਸਾਡੇ ਕੋਲ ਕੰਮ ਨਹੀਂ ਬਣਿਆ, ਸਾਡਾ ਕੋਈ ਕਸੂਰ ਨਹੀਂ, ਕਸੂਰ ਹੁੰਦਾ। ਉਹਨੇ ਕਹਾ ਵੀ ਠੀਕ ਹੈ, ਇਹਨਾਂ ਨੂੰ ਛੱਡ ਦਿਓ, ਲੜਕੀ ਲਿਆਓ ਬਈ। ਲਓ ਜੀ ਬਾਦਸ਼ਾਹ ਦਾ ਹੁਕਮ, ਲੜਕੀ ਨੂੰ ਲਿਆਂਦਾ ਉਹਨੇ ਫੜ ਕੇ। ਹਾਂ ਬਈ ਗੱਲ ਕਰ, ਜਦੋਂ ਇਹ ਮਜ਼ਦੂਰ ਕੰਮ ਕਰਦੇ ਰਹੇ ਨੇ ਅਤੇ ਤੂੰ ਬਾਹਰ ਨਿਕਲਦੀ ਸੈਂ, ਇਹ ਤੇਰੇ ਲਈ ਵੇਚਦੇ ਰਹਿੰਦੇ ਸਨ, ਤੇਰੇ ਲਈ ਧਿਆਨ ਇਹਨਾਂ ਦਾ ਰਹਿੰਦਾ ਸੀ, ਅਤੇ ਇਹਨਾਂ ਕੋਲ ਸਹੀ ਮਸਾਲਾ ਨਹੀਂ ਬਣਿਆ ਅਤੇ ਉਹ ਮਕਾਨ ਸਹੀ ਨਹੀਂ ਬਣਿਆ, ਚੋਰਾਂ ਨੇ ਕਰਨੀ ਸੀ ਚੋਰੀ, ਸਣ ਲਾਈ, ਮਕਾਨ ਡਿੱਗ ਪੈ ਜੇ, ਇਹਦਾ ਮਰ ਜਾਂਦਾ ਤਾਂ ਕੌਣ ਜ਼ਿੰਮੇਦਾਰ ਸੀ? ਚਲੋ ਇਹ ਲੜਕੀ ਨੂੰ ਫਾਇਦੇ ਦਿਓ। ਲਓ ਸੱਜਣੋ, ਉਹ ਔਰਤ ਸੀ ਲੜਕੀ, ਉਹਦੀ ਗਰਦਨ ਪਤਲੀ ਸੀ, ਫਾਂਸੀ ਦਾ ਫੰਦਾ ਉਹਦੇ ਗਲ 'ਚ ਪਾਇਆ ਉਹਨੇ, ਉਹ ਤਾਂ ਨਿਕਲ ਗਿਆ। ਹੁਣ ਜਿਹੜੇ ਜਲਾਦ ਸਨ ਉਹਨਾਂ ਆਖਿਆ, ਜਿਵੇਂ ਬਾਦਸ਼ਾਹ ਸਲਾਮਤ, ਗਰਦਨ ਪਤਲੀ ਇਸ ਬੱਚੀ ਦੀ, ਕੁੜੀ ਦੀ, ਇਹ ਨਹੀਂ ਫਾਇਆ ਸਕਦੀ। ਉਹਨਾਂ ਆਖਿਆ ਇਹਨੂੰ ਛੱਡ ਦਿਓ, ਇਹ ਫਾਂਸੀ ਦਾ ਫੰਦਾ ਫੜ ਲਓ ਅਤੇ ਪੂਰੇ ਸ਼ਹਿਰ ਦੇ ਵਿੱਚ ਤਲਾਸ਼ ਕਰੋ, ਮੇਚਾ ਕਰੋ, ਜਿਹਦੀ ਗਰਦਨ ਪੂਰੀ ਆ ਜਾਵੇ ਉਹਨੂੰ ਫੜ ਕੇ ਲਿਆ ਕੇ ਫਾਇਦੇ ਦਿਓ। ਉਹਨਾਂ ਕਹਾ ਠੀਕ ਹੈ। ਲਓ ਸੱਜਣੋ, ਉਹਨਾਂ ਨੇ ਉਹ ਫਾਂਸੀ ਦਾ ਫੰਦਾ ਚੁੱਕ ਲਿਆ ਅਤੇ ਤੁਰ ਪਏ, ਮੇਚੇ ਕਰਦੇ 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 ਉੱਥੇ ਪਹੁੰਚੇ ਜਿੱਥੇ ਉਹ ਫਕੀਰ ਅਤੇ ਪੀਰ ਬੈਠੇ ਸਨ, ਅਤੇ ਉਹ ਪੀ ਪੀ ਕੇ ਸ਼ਰਦਾਈਆਂ ਅਤੇ ਦੀਆਂ ਕੰਨੀਆਂ ਉਹਨਾਂ ਦੀਆਂ ਮੋਟੀਆਂ, ਚੰਗੇ ਠੁੱਲੇ ਸਨ। ਮੇਚਾ ਕੀਤਾ ਜੀ ਉਹਨਾਂ ਨੂੰ ਪੂਰੀ ਆਗ, ਉਹਨਾਂ ਲਓ ਜੀ ਇਹਨਾਂ ਨੂੰ ਪੂਰੀ ਲਿਆਓ ਜੀ, ਬਾਦਸ਼ਾਹ ਦੇ ਪੇਸ਼ ਕੀਤੇ, ਉਹਨਾਂ ਨੂੰ ਫਾਇਦੇ ਦਿਓ। ਇਹ ਅਕਲਮੰਦ ਬਾਦਸ਼ਾਹ ਸੀ, ਪਾਗਲ ਨਹੀਂ, ਬੇਵਕੂਫ। ਹੁਣ ਜਿਹੜਾ ਸੀ ਨਾ ਉਹ ਫਕੀਰ, ਉਹਨੇ ਪੀਰ ਨੂੰ ਆਖਿਆ ਵੀ ਹੁਣ ਕੀ ਬਣਿਆ? ਪੀਰ ਆਖਿਆ ਤੈਨੂੰ ਆਖਿਆ ਸੀ ਕਿ ਵੀ ਤਾਂ ਸਾਈਂ ਖਸਮ ਕੋਣੀ, ਧੀਏ ਦਾ ਪੁੱਤਰਾਂ ਤੋਂ ਨਿਕਲ ਗਏ ਆਪਾਂ, ਤੂੰ ਆਖਿਆ ਨਹੀਂ ਰੱਜ ਲਈਏ ਚਾਰ ਦਿਨ, ਹੁਣ ਇੱਥੇ ਫਾਹੇ ਚੜ। ਉਹਨੇ ਆਖਿਆ ਜਾਣ ਬਚਾ, ਕਿ ਮੈਨੂੰ ਕਿਵੇਂ ਆਖਰ ਤੂੰ ਪੀਰ ਹੈ। ਉਹਨੇ ਆਖਿਆ ਹੁਣ ਇੱਕ ਤਰੀਕਾ ਹੋ ਸਕਦਾ, ਮੈਂ ਤੇਰੇ ਬੱਖੀ ਪੈਣਾ, ਵੀ ਮੈਨੂੰ ਫਾਹੇ ਪਹਿਲੇ ਦਿਓ, ਤੂੰ ਮੇਰੇ ਬੱਖੀ ਪੋ, ਫਿਰ ਕੋਈ ਹੱਲ ਨਹੀਂ ਕਰ ਸਕਦਾ। ਉਹਨਾਂ ਕਿਹਾ ਠੀਕ ਹੈ ਜੀ, ਉਹ ਬੱਕੀ ਲਾਪੇ ਪੈਣ ਜੀ। ਫਕੀਰ ਆਖੇ ਮੈਨੂੰ ਪਹਿਲੇ ਫਾਹੇ ਦਿਓ, ਪੀਰ ਆਖੇ ਨਹੀਂ ਪਹਿਲੇ ਮੈਂ ਫਾਹੇ ਚੜ੍ਹਨਾ। ਉਹ ਬਾਦਸ਼ਾਹ ਨੇ ਆਖਿਆ ਉਹ ਪਾਗਲ ਦਿਓ ਪੁੱਤਰੋ, ਉਹ ਫਾਂਸੀ ਨੂੰ ਵੇਖ ਕੇ ਤਾਂ ਬੰਦੇ ਦੀ ਜਾਨ ਨਿਕਲ ਜਾਂਦੀ ਪਹਿਲੇ ਹੀ, ਤਾਂ ਤੁਸੀਂ ਖੁਸ਼ ਭਾਉਂਦੇ ਹੋ। ਉਹਨਾਂ ਕਹਾ ਜਿਵੇਂ ਬਾਦਸ਼ਾਹ ਸਲਾਮਤ, ਤੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਵਕਤ ਉਹ ਆਇਆ ਖੜਾ ਇਸ ਵਕਤ, ਹੁਣ ਜਿਹੜਾ ਫਾਂਸੀ ਚੜ੍ਹੇਗਾ ਨਾ ਪਹਿਲੇ ਸਿੱਧਾ ਜੰਨਤ 'ਤੇ ਜਾ ਕੇ, ਜੰਨਤ ਦੇ ਤਖ਼ਤ 'ਤੇ ਜਾ ਕੇ ਬਹਿਗਾ, ਉਹਨੇ ਜਿਨ੍ਹਾਂ ਦੇ ਤਖ਼ਤ ਸੰਭਾਲਣਾ। ਇਸ ਵਾਸਤੇ ਅਸੀਂ ਆਉਣਿਆ, ਕੋਈ ਉਹ ਆਉਂਦਾ ਮੈਂ ਜਾ ਕੇ ਤਖ਼ਤ ਸੰਭਾਲਾਂ, ਤਾਂ ਮੈਂ ਆਉਣਾ ਮੈਂ ਸੰਭਾਲਾਂ। ਬਾਦਸ਼ਾਹ ਕਹੇ ਪਾਗਲ ਦੇ ਪੁੱਤਰੋ, ਤੁਸੀਂ ਕੌਣ ਜੇ ਬਾਦਸ਼ਾਹੀ ਕਰਨ ਵਾਲੇ? ਬਾਦਸ਼ਾਹ ਤਾਂ ਮੈਂ ਹਾਂ, ਬਾਦਸ਼ਾਹੀ ਤਾਂ ਮੈਂ ਕਰਨੀ ਹੈ, ਮੈਂ ਬਾਦਸ਼ਾਹੀ ਕਰ ਜਾਣਨਾ। ਚਲੋ ਛੱਡੋ ਇਹਨਾਂ ਨੂੰ, ਮੇਰੇ ਗਾਲੇ ਪਾਓ ਫਾਂਸੀ, ਮੈਂ ਜਾ ਕੇ ਤਾਂ ਬਾਦਸ਼ਾਹੀ ਕਰਾਂ। ਲਓ ਜੀ ਉਹਦੇ ਗਲ 'ਚ ਉਹਨਾਂ ਫੰਦਾ ਪਾ ਦਿੱਤਾ, ਬਾਦਸ਼ਾਹ ਦੇ ਵਿੱਚ ਛਿੱਕਿਆ ਪਿੱਛੋਂ ਰੱਸਾ, ਜਨਾਬ ਵਾਲੀ ਕੜਾਕਾ ਬੋਲਿਆ ਉਹਦਾ, ਉਹ ਅਗਾਂਹ ਲੱਗ ਗਿਆ ਅਤੇ ਜਾਨ ਛੁੱਟ ਗਈ ਉਹਨਾਂ ਦੀ, ਨਿਰੀ ਉਹਨਾਂ ਦੀ ਜਾਨ ਨਹੀਂ ਛੁੱਟ ਗਈ, ਉਹ ਸਾਰੇ ਸ਼ਹਿਰ ਦੀ ਜਾਨ ਛੁੱਟ ਗਈ ਉਸ ਤੋਂ, ਬਈ ਮਗਰੋਂ ਲੱਥੀ ਬਲਾਂ। ਇਸ ਤਰ੍ਹਾਂ ਦੇ ਵੀ ਬਾਦਸ਼ਾਹ ਹੋਏ ਨਾ, ਉਹ ਅਕਲ ਗੁੰਮ ਨਹੀਂ ਸੀ, ਪਾਗਲ ਸੀ ਵੱਡਾ, ਅਤੇ ਪੀਰ ਜਿਹੜਾ ਉਹ ਅਕਲਮੰਦ ਸੀ, ਉਹ ਅਕਲ ਨਾਲ ਨਿਕਲ ਗਿਆ। ਫਕੀਰ ਜਿਹੜਾ ਉਹ ਕਮਾਈ ਸੀ, ਤਮੇ ਖੋਰ ਸੀ, ਵੀ ਇੱਥੇ ਚਾਰ ਦਿਨ ਰੱਜ ਲਈਏ, ਹੈਂ, ਮੁਫਤੀ ਸੌਦਾ ਲੱਭਦਾ ਪਿਆ ਸੀ ਨਾ।
ਲਓ ਜੀ ਉਹ ਬਾਦਸ਼ਾਹ ਜਿਹੜੇ ਨੇ ਉਹ ਜਨਮ ਨੂੰ ਜਾ ਪਹੁੰਚੇ ਜੀ। ਇਹ ਤਾਂ ਅੱਗੇ ਫਿਰ ਅੱਲਾ ਨੂੰ ਪਤਾ ਨਾ ਵੀ ਉਹ ਜੰਨਤ ਨੂੰ ਗਿਆ ਕਿ ਕਿੱਧਰ ਨੂੰ ਗਿਆ, ਬਰ ਕਰਨਾਮੇ ਤਾਂ ਹੁੰਦੇ ਸਨ ਜੰਨਮ ਨੂੰ ਜਾਣ ਵਾਲੇ। ਠੀਕ ਹੈ ਜੀ, ਇਹ ਕਹਾਣੀ ਇੱਥੇ ਮੁਕੰਮਲ ਹੋਈ ਦੋਸਤੋ। ਇਹਨੂੰ ਸੁਣੋ ਸੱਜਣਾ ਬੇਲੀਆਂ ਭੈਣਾਂ ਭਰਾਵਾਂ ਅੱਗੇ ਸ਼ੇਅਰ ਕਰੋ, ਅਤੇ ਇਨਸ਼ਾਅੱਲਾ ਕੱਲ੍ਹ ਸ਼ਾਮ ਨੂੰ 7 ਵਜੇ ਨਵੀਂ ਕਹਾਣੀ ਲੈ ਕੇ ਫਿਰ ਮੈਂ ਹਾਜ਼ਰ ਹੋਵਾਂਗਾ। ਹੁਣ ਸ਼ਰਾਬ ਤਲੀ ਰਹਿਮਾਨੀ ਨੂੰ ਇਜਾਜ਼ਤ ਦਿਓ ਜੀ, ਅੱਲਾ ਦੇ ਹਵਾਲੇ ਜ਼ਿੰਦਗੀ ਰੀਤ, ਕੱਲ੍ਹ ਮਿਲਾਂਗੇ। ਸਲਾਮ ਅਲੈਕੁਮ, ਪਾਕਿਸਤਾਨ ਜ਼ਿੰਦਾਬਾਦ।